ਜੀ ਮੈਂ ਤਾਂ ਉਹਦਾ ਫੈਨ ਜਦੋਂ ਨਵਜੋਤ ਸਿੰਘ ਸਿੱਧੂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦਾ ਸੀ ਜਦੋਂ ਉਹ ਆਊਟ ਹੋ ਜਾਂਦੀ ਸੀ ਮੈਂ ਟੀ ਵੀ ਬੰਦ ਕਰ ਦਿੰਦਾ ਸੀ ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ ਹੁਣ ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ ਰੋਜ਼ ਟਵੀਟ ਕਰਦੇ ਹੋ ਬਿਜਲੀ ਦੇ ਸਮੇਂ ਉੱਤੇ ਐਂ ਹੋ ਜਾਣਗੇ ਐਂ ਕਰ ਲੈ ਕਰਨਾ ਇੱਕ ਫਿਰ ਲਾਰਸਨ ਐਂਡ ਟਰਬੋ ਅਤੇ ਵਿਧਾਨਤਾ ਬਾਰੇ ਵੀ ਇੱਕ ਟਵੀਟ ਬਣਦਾ ਹੁਣ ਮੈਂ ਤਾਂ ਕਹਿੰਦਾ ਕਰ ਦਿਓ ਠੋਕੋ ਟਵੀਟ ਇੱਕ ਹਟਾਇਆ ਕਰੋ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਟਵੀਟਸ ਰਾਹੀਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਨਜ਼ਰ ਆਉਂਦੇ ਨੇ ਸਿੱਧੂ ਦੇ ਟਵੀਟਸ ਕਦੇ ਮੁੱਖ ਮੰਤਰੀ ਕੈਪਟਨ ਤੇ ਬੰਬ ਬਣ ਕੇ ਡਿੱਗਦੇ ਨੇ ਅਤੇ ਕਦੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਤੇ ਅੱਗ ਦੇ ਗੋਲੇ ਵਾਂਗੂ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਨੇ ਲੰਮੇ ਸਮੇਂ ਤੋਂ ਧੁੱਖ ਰਹੀ ਉਸ ਅੱਗ ਨੂੰ ਮੁੜ ਤੋਂ ਹਵਾ ਦੇ ਦਿੱਤੀ ਏ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਧੂੰਆਂ ਉੱਡ ਰਿਹਾ ਸੀ ਜੀ ਹਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕਰਕੇ ਹੁਣ ਆਮ ਆਦਮੀ ਪਾਰਟੀ ਬਾਰੇ ਕੁਝ ਕੁਝ ਚੰਗੇ ਸੰਕੇਤ ਦਿੱਤੇ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਨੂੰ ਭਗਵੰਤ ਮਾਨ ਦੇ ਉਸ ਚੈਲੰਜ ਨਾਲ ਵੀ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਭਲਕੇ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਕੋਲੋਂ ਕਰੋੜਾਂ ਰੁਪਏ ਦੇ ਫੰਡ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਨੂੰ ਟਵੀਟ ਕਰਨ ਲਈ ਕਿਹਾ ਸੀ ਸਿੱਧੂ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਸਾਡੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੇਰੀ ਸੋਚ ਅਤੇ ਕੰਮ ਨੂੰ ਹਮੇਸ਼ਾ ਮਾਨਤਾ ਦਿੱਤੀ ਹੈ ਇਹ ਚਾਹੇ 2017 ਤੋਂ ਪਹਿਲਾਂ ਬੇਅਦਬੀ ਨਸ਼ਾ ਕਿਸਾਨੀ ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਬਿਜਲੀ ਸੰਕਟ ਹੋਵੇ ਜਾਂ ਅੱਜ ਜਦ ਮੈਂ ਪੰਜਾਬ ਮਾਡਲ ਦੇ ਰਿਹਾ ਉਹਨਾਂ ਨੂੰ ਪਤਾ ਹੈ ਕਿ ਅਸਲ 'ਚ ਪੰਜਾਬ ਲਈ ਕੌਣ ਲੜ ਰਿਹਾ ਨਵਜੋਤ ਸਿੰਘ ਸਿੱਧੂ ਅੱਗੇ ਲਿਖਦੇ ਨੇ ਕਿ ਜੇਕਰ ਵਿਰੋਧੀ ਧਿਰ ਨੇ ਮੈਨੂੰ ਸਵਾਲ ਕਰਨ ਦੀ ਹਿੰਮਤ ਕੀਤੀ ਹੈ ਤਾਂ ਵੀ ਉਹ ਮੇਰੇ ਪੰਜਾਬ ਪੱਖੀ ਏਜੰਡੇ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ ਅਰਥਾਤ ਉਸ ਨੇ ਕੰਧ 'ਤੇ ਲਿਖਿਆ ਪੜ੍ਹ ਲਿਆ ਹੈ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਅਤੇ ਸੰਜੇ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਕੰਮਾਂ ਬਾਰੇ ਦਿੱਤੇ ਬਿਆਨਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਮੈਂ ਨਵਜੋਤ ਸਿੰਘ ਸਿੱਧੂ ਜੀ ਕੇ ਇਸ ਸਾਹਸਿਕ ਕਦਮ ਕਾ ਇਸ ਬਹਾਦਰੀ ਕੇ ਫੈਸਲੇ ਕਾ ਸਵਾਗਤ ਕਰਤਾ ਹੂੰ लगातार नवजोत सिंह सिद्धू जी और उनकी पत्नी अकाली दल के भ्रष्टाचार के खिलाफ ड्रग माफियाओं के खिलाफ किसानों की बदहाली के खिलाफ आवाज उठाते रहे हैं मैं नवजोत सिद्धू नु भी मैं तो ऑफर किया मैं मेरे तो जज रहे ने वो लाफ्टर चैलेंज कदे भी जगतार जी कोई भी बंदा अपने मां प्यो तो अपने रोल मॉडलों तो बड़ा नहीं हो सकता ਇਜ ਅ ਡੈਮ ਓਨੈਸਟ ਪਰਸਨ ਕੋਈ ਉੱਥੇ ਦਾਗ ਨਹੀਂ ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ ਜਦੋਂ ਨਵਜੋਤ ਸਿੰਘ ਸਿੱਧੂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦਾ ਸੀ ਜਦੋਂ ਉਹ ਆਊਟ ਹੋ ਜਾਂਦੀ ਸੀ ਮੈਂ ਟੀ ਵੀ ਬੰਦ ਕਰ ਦਿੰਦਾ ਸੀ ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ ਹੁਣ ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਓਨੈਸਟ ਪਰਸਨ ਮੈਂ ਅੱਜ ਵੀ ਉਹਦਾ ਫੈਨ ਹਾਂ ਰਹੂੰਗਾ ਅਤੇ ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ दस दिए कि भगवंत मान ने सबका मंत्री अते कांग्रेसी आगू नवजोत सिंह सिद्धू नू बीते कल चैलेंज करदिआं कहा सी कि सिद्धू साहब कांग्रेस पार्टी वालों बिजली कंपनियां नू लै करोड़ां रुपए बारे एक ट्वीट ठोको सो इसे करके सुखबीर बादल कहना तू हिम्मत रद्द करके दिखाओ क्योंकि उन्हें पता है कि नहीं तो मैं ये दस दूंगा और कांग्रेस हिम्मत किवें हो जूगी आ देखो ਹਾਂ ਕੈਪਟਨ ਸਾਹਿਬ ਤਾਂ ਕੁਛ ਕਰ ਨਹੀਂ ਸਕਦੇ ਤੇ ਉਹ ਤਾਂ ਹੱਥ ਵੱਡੇ ਹੋਏ ਨੇ ਹੱਥ ਬੰਨੇ ਹੋਏ ਨੇ ਤਾਂਹੀਓ ਕਹਿੰਦੇ ਕਿ ਇਹਨਾਂ ਸਮਝੌਤਿਆਂ ਕਰਕੇ ਸਾਡੇ ਹੱਥ ਬੰਨੇ ਹੋਏ ਨੇ ਹੱਥ ਬੰਨੇ ਹੋਏ ਨਹੀਂ ਹੱਥ ਰੰਗੇ ਹੋਏ ਨੇ ਇੱਕ ਬੰਦਾ ਇਹ ਕੰਮ ਕਰ ਸਕਦਾ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅਪੀਲ ਕਰਦਾ ਵੀ ਇਸ ਮੁੱਦੇ 'ਤੇ ਵੀ ਇੱਕ ਟਵੀਟ ਹੋ ਜੇ ਹੁਣ ਨਵਜੋਤ ਸਿੱਧੂ ਸਾਹਿਬ ਰੋਜ਼ ਟਵੀਟ ਕਰਦੇ ਹੋ ਬਿਜਲੀ ਦੇ ਸਮੇਂ ਉੱਤੇ ਐਂ ਹੋ ਜਾਣਗੇ ਐਂ ਕਰ ਲੈ ਐਂ ਕਰਨਾ ਇੱਕ ਫਿਰ ਲਾਰਸਨ ਐਂਡ ਟਰਬੋ ਅਤੇ ਵਿਧਾਨਤਾ ਬਾਰੇ ਵੀ ਇੱਕ ਟਵੀਟ ਬਣਦਾ ਹੁਣ ਪਰ ਮੈਂ ਨਾਲ ਨਾਲ ਤੁਹਾਨੂੰ ਦੱਸਣਾ ਵੀ ਚਾਹੁੰਦਾ ਕਿ ਟਵੀਟ ਕਰਨ ਵੇਲੇ ਇਹ ਸੋਚ ਲਿਓ ਇਹ ਟਵੀਟ ਸਿੱਧਾ ਜਨਪਥ ਜਾਊਗਾ ਰਾਹੁਲ ਦੇ ਘਰੇ ਕਰਕੇ ਦੇਖ ਲਓ ਫਿਰ ਮੈਂ ਉਹਨਾਂ ਨੂੰ ਸਵਾਲ ਕਰਦਾ ਸਿੱਧੂ ਸਾਹਿਬ ਨੂੰ ਕਿਆ ਸਾਹਿਬ ਵੀ ਮੰਗੋ ਹੁਣ ਮੈਂ ਤਾਂ ਕਹਿੰਦਾ ਕਰ ਦਿਓ ਠੋਕੋ ਟਵੀਟ ਇੱਕ ਹਟਾਇਆ ਕਰੋ ਫਿਲਹਾਲ ਇਸ ਟਵੀਟ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਕਿਆਸ ਰਾਈਆਂ ਤਾਂ ਵਧਣ ਹੀ ਲੱਗੀਆਂ ਨੇ ਨਾਲ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਮੁੜ ਤੋਂ ਭੱਗ ਗਈ ਹੈ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੋਈ ਵੀ ਵੱਡਾ ਧਮਾਕਾ ਦੇਖਣ ਨੂੰ ਮਿਲ ਸਕਦਾ ਹੈ
दूजे पासे कांग्रेस वालों नवजोत सिंह सिद्धू नूं पंजाब कांग्रेस का प्रधान बनाउण दीआं चर्चावां भी जोरां ते ने। अजिहे विच नवजोत सिंह सिद्धू किस पासे जांदे ने, किस नाल रहिंदे ने जां फिर किस दा चैलेंज कबूल करदे ने, इस सब ते फिलहाल लई पर्दा ही बनिया होया है। पर सिद्धू दे ट्वीट आए दिन सियासत नूं होर वी रोमांचक बना रहे ने। ब्यूरो रिपोर्ट, पंजाबी लोक चैनल।